ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਰਮਨਪ੍ਰੀਤ ਸਵਾਗਤ ਕਰਦੀ ਹਾਂ ਪ੍ਰੋਗਰਾਮ ਕਲਾ ਤੇ ਕਲਾਕਾਰ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਿਲਣਾ ਹੈ ਦੋ ਖੂਬਸੂਰਤ ਸਿਤਾਰਿਆਂ ਦੇ ਨਾਲ ਇੱਕ ਸਿਤਾਰਾ ਪੰਜਾਬੀ 뮤직 ਇੰਡਸਟਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਬਹੁਤ ਹੀ ਜਾਣਿਆ ਪਛਾਣਿਆ ਨਾਮ ਤੇ ਦੂਜਾ ਸਿਤਾਰਾ ਹਿੰਦੀ ਫਿਲਮ ਜਗਤ ਦਾ ਇੱਕ ਖੂਬਸੂਰਤ ਹਸੀਨ ذہীন ਸਿਤਾਰਾ ਇਹਨਾਂ ਦੋਨਾਂ ਨੇ ਅੱਜ ਇੱਥੇ ਜੋ ਵਿਜ਼ਿਟ ਕੀਤੀ ਹੈ ਇੱਥੇ ਆਂਦਾ ਮਕਸਦ ਸਾਂਝਾ ਹੈ ਦੋਨੇ ਇੱਕ ਮੂਵੀ ਦੇ ਵਿਚਾਰਿਆ ਜੱਟ ਜੈਮਜ਼ ਬੌਂਡ ਵਿੱਚ ਅੱਜ ਅਸੀਂ ਗੱਲ ਕਰਾਂਗੇ ਇਸ ਮੂਵੀ ਦੇ ਬਾਰੇ ਵੀ ਔਰ ਇਹਨਾਂ ਦੋ ਸਿਤਾਰਿਆਂ ਦੇ ਨਾਲ ਤੇ ਸਿਤਾਰੇ ਕਿਹੜੇ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਮੇਰੀ ਮੁਰਾਦ ਗੀਪੀ ਗਰੇਵਾਲ ਜੀ ਅਤੇ ਜ਼ਰੀਨ ਖਾਨ ਸਸਤੀਕਾਲ ਜੀ ਸਸਤੀਕਾਲ ਸਸਤੀਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਜ਼ਰੀਨ ਖਾਨ ਜੀ ਆਪਕਾ ਵੀ ਇਸਤਕਬਾਲ ਕਰਤੇ ਹਨ ਸਟੂਡੀਓ ਮੇ ਥੈਂਕ ਯੂ ਅ ਕੈਸਾ ਲੱਗ ਰਹਾ ਹੈ ਆਪਕੋ ਪੰਜਾਬ ਮੇ ਆ ਕੇ ਬਹੁਤ ਅੱਛਾ ਲੱਗ ਰਹਾ ਹੈ ਪੰਜਾਬ ਮੇ ਜੱਪਸੇ ਮੈਂ ਯਹਾਂ ਪੇ ਹੂੰ ਲੋਗੋ ਨੇ ਜਿਸ ਤਰ੍ਹਾਂ ਸੇ ਮੇਂ ਯਹਾਂ ਪੇ ਵੈਲਕਮ ਕੀਆ ਐ ਐਕਸੈਪਟ ਕੀਆ ਐ ਇਟਸ ਯੂ ਨੋ ਇਟਸ ਐਕਸੈਪਸ਼ਨਲ ਆਈ ਮੀਨ ਬਹੁਤ ਉਨਕੇ ਦਿਲੋ ਮੇ ਇਤਨਾ ਸਾਰਾ ਪਿਆਰ ਹੋਤਾ ਐ ਐਂਡ ਦ ਵੇ ਦੇ ਸ਼ੋ ਇਟ ਇਟਸ ਇਟਸ ਫੈਬਿਊਲਸ ਯੂ ਨੋ ਤੋ ਬਹੁਤ ਬਹੁਤ ਅਚਾ ਲਗਾ ਯਹਾਂ ਪੇ ਆ ਕੇ ਗ੍ਰੇਟ ਗੀਪੀਜੀ ਤੁਹਾਡੇ ਨਾਲ ਗੱਲ ਕਰਦੇ ਆ ਪਹਿਲਾਂ ਤੁਹਾਡੇ ਗੀਤਾਂ ਤੋਂ ਜੀ ਭਾਵੇਂ ਕਹਿੰਦੇ ਨੇ ਫੁਲਕਾਰੀ ਤੇ ਬੇਲ ਬੂਟੀਆਂ ਦੀ ਜਿਹੜੀ ਗੱਲ ਸੀ ਜੀ ਉਸ ਤੋਂ ਬਾਅਦ ਜਦ ਤੁਸੀਂ ਹੈਲੋ ਹੈਲੋ ਕਰਕੇ ਬੇਨਤੀ ਕੀਤੀ ਸਾਰਿਆਂ ਨੂੰ ਜੀ ਉਸਨੇ ਦੁਨੀਆ ਭਰ ਦੇ ਜਿਹੜੇ ਰਿਕਾਰਡ ਸੀਗੇ ਤੋੜ-ਫੋੜ ਦਿੱਤੇ ਜੀ ਪੋਪੂਲੈਰਿਟੀ ਦੀ ਇਹ ਸਾਰੇ ਜਿਹੜੇ ਹੱਦਾਂ ਬਣੇ ਸੀਗੇ ਉਹ ਵੀ ਪਾਰ ਕਰ ਦਿੱਤੇ ਜੀ ਤੇ ਤੁਹਾਡੀ ਆਵਾਜ਼ ਦੇ ਵਿੱਚ ਕਿਤੇ ਗਾਣਾ ਚੱਲ ਰਿਹਾ ਹੋਵੇ ਮੈਨੂੰ ਲੱਗਦਾ ਹੁੰਦਾ ਹੈ ਕਿ ਜਿਹੜਾ ਬੰਦਾ ਕੂਕ ਸੁੱਤਾ ਪਿਆ ਨਾ ਬਹੁਤ ਡੂੰਗੀ ਨੀਂਦ ਕੋੜੇ ਵੇਚ ਕੇ ਉਹ ਵੀ ਜਾਗ ਪੈਂਦਾ ਤੇ ਜਾ ਸਿਰਫ ਜਾਗਦਾ ਨਹੀਂ ਨੱਚਣਾ ਸ਼ੁਰੂ ਕਰ ਦਿੰਦਾ ਜੀ ਤੁਹਾਡੀ ਆਵਾਜ਼ ਨੂੰ ਜੇ ਸਿਰਫ ਮੈਂ ਸੁਰੀਲੀ ਨਾ ਕਵਾਂ ਤਾਂ ਤੋ ਦੀ ਆਵਾਜ਼ ਕਰਾਰੀ ਆਵਾਜ਼ ਹੈ ਜੀ ਕਰਾਰੇ ਗੋਲ ਗੱਪੇ ਜਾਂ ਪੁਦੀਨੇ ਦੀ ਚਟਨੀ ਜੀ ਜਾਂ ਅੰਬਰ ਸਰ ਦੇ ਪਾਪੜ ਤੇ ਵੜੀਆਂ ਥੈਂਕ ਯੂ ਥੈਂਕ ਯੂ ਕੀ ਰਾਜ਼ ਹੈ ਇਸ ਕਰਾਰੀ ਤੇ ਦਿਲ ਵਿੱਚ ਡੂੰਗੀ ਉਤਰ ਜਾਣ ਵਾਲੀ ਆਵਾਜ਼ ਦਾ ਬਾ ਰਾਜ਼ ਤਾਂ ਕੋਈ ਨਹੀਂ ਪਤਾ ਜੀ ਇਹ ਤਾਂ ਕਿਉਂਕਿ ਕਈ ਚੀਜ਼ਾਂ ਇਦਾਂ ਦੀਆਂ ਨੇ ਬੰਦਾ ਪੈਦਾ ਹੀ ਹੁੰਦਾ ਜੀ ਉਹ ਚੀਜ਼ਾਂ ਦੇ ਨਾਲ ਸੋ ਆਵਾਜ਼ ਆ ਵੈਸੇ ਜੀ ਮੈਨੂੰ ਲੱਗਦਾ ਕਿ ਪੰਜਾਬੀਆਂ ਦੀ ਆਵਾਜ਼ ਵੈਸੇ ਕਰਾਰੀ ਹੁੰਦੀ ਹੈ ਜੀ ਨਾਰਮਲ ਖੜੇ ਵੀ ਆਵਾਜ਼ ਮਾਰਦੇ ਓਏ ਪੰਜ ਪਿੰਡਾਂ ਵਾਲੇ ਜਾਗ ਜਾਂਦੇ ਸੀ ਸੁੱਤੇ ਹੋਏ ਹਨ ਸੋ ਉਹ ਹਾਈ ਟੋਨ ਦੇ ਮਾਲਕ ਨੇ ਜੀ ਸੋ ਕਰਾਰੀ ਆਵਾਜ਼ਾਂ ਵਾਲੇ ਨੇ ਸਾਰੇ ਚਟਪਟਾ ਕੇ ਤਾਂ ਨਹੀਂ ਜ਼ਿਆਦਾ ਖਾਂਦੇ ਤੁਸੀਂ ਕਿਤੇ ਚਟਪਟਾ ਕੇ ਵੀ ਕਰਦੇ ਆਂ ਜੀ ਥੋੜੇ ਬਾਰੇ ਉਹ ਵੀ ਕਰਦੇ ਆਂ ਜੀ ਉਹਦਾ ਵੀ ਅਸਰ ਮੈਨੂੰ ਲੱਗਦਾ ਜੀ ਤੇ ਬਹੁਤ ਵਧੀਆ ਲੱਗਦਾ ਹੈ ਤੁਹਾਡੇ ਗੀਤ ਸੁਣ ਕੇ ਵੀ ਤੁਹਾਡੀਆਂ ਫਿਲਮਾਂ ਦੀ ਅਗਰ ਗੱਲ ਕਰੀਏ ਫਿਲਮਾਂ ਦੇ ਵਿੱਚ ਰੋਲ ਵੀ ਪਰ ਮੈਨੂੰ ਵਾਰੀ-ਵਾਰੀ ਚੱਲਣਾ ਪਏਗਾ ਜੀ ਜ਼ਰੀਨ ਮੈਂ ਆਪਸੇ ਪੁੱਛੂੰਗੀ ਆਪਣੇ ਬਚਪਨ ਮੇ ਬੰਨਾ ਤਾਂ ਇਹ ਚਾਹਾਂਾ ਸੀ ਕਿ डॉक्टर बनना है लोगों की तबीयत का इलाज करना है <laughs> लेकिन आपका जो जिंदगी में मोड आ गया कि आपको ये फिल्म इंडस्ट्री खींच लाई तो कैसा लग रहा है आपको ये uh, मुझे किसी भी बात का रिग्रेट नहीं है अपनी लाइफ में आई थिंक हम जब छोटे होते हैं और बड़े होने तक हम अपनी लाइफ में काफ़ी चीजें प्लान करते हैं और डिसाइड करते हैं कैसे करेंगे वैसे करेंगे hmm. और बहुत सारी बार वो चीज़ें हो नहीं पाती है बट यू नो मैं डेस्टिनी में बहुत बिलीव करती हूँ एंड आई थिंक इट्स ऑलवेज गुड टू लेट डेस्टिनी टेक इट्स कोर्स और uh, डॉक्टर नहीं बन पाई बट एक्टर बन गई हूँ जो मैंने कभी भी प्लान नहीं किया था <laughs> और आई थिंक इट्स गुड क्योंकि अभी एक्टर बन के मैं डॉक्टर का किरदार और कई सारे और चीज़ें किरदार भी निभा सकती मुझे जो? लगता है डॉक्टर में और एक आर्टिस्ट में एक चीज़ कॉमन भी होती है अगर एक एक नज़रिए से ਡਾਕਟਰ ਸਿਹਤ ਦਾ ਇਲਾਜ ਕਰਦਾ ਹੈ ਆਰਟਿਸਟ ਜਾਂ ਅਗਰ ਕੋਈ ਐਕਟਰ ਹੈ ਆਪਣੀ ਕਲਾ ਸੇ ਆਪਣੀ ਆਰਟ ਕੋਈ ਵੀ ਹੈ ਉਸੇ ਉਹਨਾਂ ਦੀ ਤਬੀਅਤ ਦਾ ਇਲਾਜ ਕਰਦਾ ਹੈ ਦੇਖ ਕੇ ਆਪ ਲੋਕ ਖੁਸ਼ ਹੋ ਜਾਂਦੇ ਹਨ ਕਾ ਦਿਲ ਬਾਗ-ਬਾਗ ਹੋ ਜਾਂਦਾ ਹੈ ਬਸ ਹੋਰ ਕੀ ਚਾਹੀਏ ਗਰੀ ਗਰੀ ਗੀਪੀ ਜੀ ਤੁਹਾਡੀਆਂ ਮੂਵੀਜ਼ ਬਾਲ ਆਣੇ ਆ ਜੀ ਤੁਹਾਡੀਆਂ ਫਿਲਮਾਂ ਜਿੰਨੀਆਂ ਵੀ ਆਈਆਂ ਨੇ ਉਹਨਾਂ ਦੇ ਵਿੱਚ ਤੁਹਾਡੇ ਕਿਰਦਾਰ ਜੀ ਬੜੇ ਖੂਬਸੂਰਤ ਪਹਿਲਾਂ ਸੀ ਸਪੋਰਟਿੰਗ ਆ ਆਰਟਿਸਟ ਦੇ ਤੌਰ ਤੇ ਵੀ ਆਏ ਫਿਰ ਤੁਸੀਂ ਮੇਨ ਲੀਡ ਵਿੱਚ ਆਏ ਤੇ ਕੈਰੀ ਔਨ ਜੱਟਾ ਜਿਸ ਨੇ ਮਤਲਬ ਫੇਰ ਮੈਂ ਉਹ ਹੀ ਵਰਡ ਦੁਹਰਾਵਾਂਗੀ ਜੀ ਕਾਮਯਾਬੀ ਦੇ ਜਿਹੜੇ ਸਾਰੇ ਰਿਕਾਰਡ ਤੋੜ-ਫੋੜ ਦਿੱਤੇ ਸੀ ਠੀਕ ਹੈ ਔਰ ਉਸ ਤੋਂ ਬਾਅਦ ਤੁਹਾਡੀ ਆਈ ਫਿਲਮ ਸਿੰਘ ਵਰਸਸ ਕੌਰ ਦੇ ਵਿੱਚ ਜੀ ਤੁਹਾਡਾ ਇੱਕ ਕਰੈਕਟਰ ਉੱਭਰ ਕੇ ਆਇਆ ਐਕਸ਼ਨ ਹੀਰੋ ਦਾ ਪੰਜਾਬੀ ਫਰਸਟ ਐਕਸ਼ਨ ਹੀਰੋ ਜੀ ਤੇ ਤੁਹਾਡੀ ਜਿਹੜੀ ਮੂਵੀ ਸੀ ਸਿੰਘ ਵਰਸਸ ਕੌਰ ਚ ਤੁਸੀਂ ਗੁੰਡਿਆਂ ਦੀ ਬੜੀ ਜ਼ਬਰਦਸਤ ਲਾਈ ਕੀਤੀ ਦੂਜੀ ਤਲਾਈ ਵੀ ਕੀਤੀ ਸੀ ਜੀ ਕੱਪੜਿਆਂ ਦੀ ਉਹ ਵੀ ਕੀਤੀ ਸੀ ਦੋਨਾਂ 'ਚ ਕੁਝ ਕਾਮਨ ਲੱਗਦਾ ਨਹੀਂ ਨਹੀਂ ਕਾਮਨ ਤਾਂ ਕੁਛ ਨਹੀਂ ਹੈਗਾ ਜੀ ਅੱਡ-ਅੱਡ ਤਲਾਈਆਂ ਨੇ ਇਹ ਹਾਂ ਕਿਉਂਕਿ ਹਰ ਵੀ ਬੜੇ ਕਿਊਟ ਲੱਗੇ ਸੀ ਉਹ ਥਾਪੀ ਵਾਲੇ ਜੀ ਹਾਂ ਹਾਂ ਨਾਓ ਪਿਕ ਥੈਟ ਕਪੜਾ ਨਾਓ ਹਿਟ ਥੈਟ ਕਪੜਾ ਵਿਦ ਵਿਦ ਥਿਸ ਬੈਟ ਹਾਂ ਐਦਾਈ ਨਾਓ ਹਿਟ ਥੈਟ ਕਪੜਾ ਵਿਦ ਥਿਸ ਬੈਟ ਹੂੰ ਜੀ ਸੋ ਕੋਈ ਵੀ ਚੀਜ਼ ਹੁੰਦੀ ਹੈ ਜੀ ਹਮੇਸ਼ਾ ਬੰਦੇ ਨੂੰ ਮੈਂ ਕਹਿੰਦਾ ਦਿਲ ਨਾਲ ਕਰਨੀ ਚਾਹੀਦੀ ਹੈ ਜੀ ਸੋ ਮੈਂ ਜ਼ਿਆਦਾਤਰ ਫਿਲਮਾਂ ਉਹੀ ਕਰਦਾ ਜਿਹੜੀਆਂ ਮੈਨੂੰ ਪਸੰਦ ਹੁੰਦੀਆਂ ਨੇ ਉਦੋਂ ਮੈਨਾਂ ਨਹੀਂ ਕਿ ਕੈਰੀਅਨ ਜੱਟਾ ਜਦੋਂ ਕੀਤੀ ਸੀ ਉਦੋਂ ਇਹੋ ਜਿਹੀਆਂ ਫਿਲਮਾਂ ਬਿਲਕੁਲ ਨਹੀਂ ਸੀ ਚੱਲਦੀਆਂ ਆਊਟ ਐਂਡ ਆਊਟ ਕਾਮੇਡੀ ਕਦੇ ਆਈ ਹੀ ਨਹੀਂ ਸੀ ਤੇ ਇੱਕ ਫਿਲਮ ਆਈ ਸੀ ਉਦੋਂ ਪਹਿਲਾਂ ਸੁਮੀਪ ਕੰਗ ਦੀ ਚੱਕ ਦੇ ਫੱਟੇ ਉਹ ਫਲॉप ਹੋ ਗਈ ਸੀ ਲੋਕੀ ਕਹਿੰਦੇ ਸੀ ਇਹ ਚੀਜ਼ਾਂ ਚੱਲਣਗੀਆਂ ਨਹੀਂ ਸੋ ਅਸੀਂ ਬੜੇ ਦਿਲ ਨਾਲ ਬੜੇ ਰੀਜਨਲ ਬਣਾਈ ਸੀ ਕੈਰੀ ਓਂਜਟਾ ਨੇ ਐਸੇ ਕਾਰਡ ਤੋੜੇ ਮੁੜ ਕੇ ਉਦਾਂ ਦੀਆਂ ਫਿਲਮਾਂ ਬਣਨ ਲੱਗੀਆਂ ਹਨ ਉਹ ਤੋਂ ਪਹਿਲਾਂ ਸੋਚਿਆ ਸੀ ਜਦੋਂ ਫਿਲਮ ਬਣੀ ਨਹੀਂ ਸੀ ਹਲੇ ਜਾਂ ਬਣਾ ਰਹੇ ਸੀ ਲੱਗਦਾ ਸੀ ਕਿ ਇਸ ਮੁਕਾਮ ਤੱਕ ਪਹੁੰਚ ਜਾਵਾਂਗੇ ਲੋਕਾਂ ਦੇ ਦਿਲਾਂ ਤੱਕ ਦੀ ਪਸੰਦ ਤੱਕ ਨਹੀਂ ਬਿਲਕੁਲ ਨਹੀਂ ਕਿਉਂਕਿ ਫਿਲਮ ਸਾਨੂੰ ਇਹ ਪਤਾ ਸੀ ਕਿ ਅੱਛੀ ਫਿਲਮ ਹੈ ਚੰਗੀ ਫਿਲਮ ਹੈ ਇਹ ਫਿਲਮ ਹਿੱਟ ਜਾਊਗੀ ਬਸ ਇੰਨਾ ਨਹੀਂ ਸੀ ਕਿ ਤੇ ਸੋਚਿਆ ਕਿ ਇੰਨੀ ਜ਼ਿਆਦਾ ਹਿੱਟ ਜਾਊਗੀ ਕਿ ਲੋਕੀ ਮਤਲਬ ਇਹ ਕਹਿਣਗੇ ਕਿ ਅਸੀਂ 20 ਵਾਰੀ ਦੇਖ ਲਈ ਹੈ ਨਾ 20 ਟਾਈਮਸ ਕਿਉਂਕਿ ਮੈਂ ਕਿੰਨੀ ਵਾਰੀ ਦੇਖਦਾ ਮੈਨੂੰ ਇਹਦਾ ਨਾਲ ਉਹ ਲੋਕ ਝੂਠ ਬੋਲਦੇ ਆ ਮੈਨੂੰ ਆ ਕੇ ਕਹਿੰਦੇ ਭਾਜੀ ਅਸੀਂ 70 ਵਾਰੀ ਦੇਖ ਲਈ 70 ਟਾਈਮਸ ਹੈ ਨਾ ਨਹੀਂ ਉਹ ਸੱਚ ਬੋਲਦੇ ਹੋਣਗੇ ਮੈਂ ਤਾਂ ਦੇਖੀ ਨਹੀਂ ਜਿੰਨੀ ਵਾਰੀ ਇਹਨਾਂ ਨੇ ਕਿਵੇਂ ਦੇਖ ਲਈ ਨਾ ਬਟਕੀਆਂ ਨਾਰਮਲੀ ਕਿ ਹੈ ਨਾ ਉਹ ਫਿਲਮ ਕਿਦਾਂ ਦੀ ਹੈ ਜੇ ਟੀਵੀ ਤੇ ਚੱਲਦੀ ਹੋਵੇ ਤਾਂ ਬੰਦਾ ਬੰਦ ਨਹੀਂ ਕਰਦਾ ਚੇਂਜ ਨਹੀਂ ਕਰਦਾ ਲੋਕੀ ਰੋਟੀ ਪਕਾਉਣਾ ਭੁੱਲ ਜਾਂਦੇ ਆ ਇਹ ਸਾਡੇ ਨਾਲ ਵਾਪਰਿਆ ਤੁਹਾਡੀ ਮੂਵੀ ਲੱਗੀ ਹੋਈ ਸੀਗੀ ਤੇ ਅਸੀਂ ਦੇਖਣੀ ਸ਼ੁਰੂ ਕੀਤੀ ਅਸੀਂ ਤਾਂ ਦੇਖਣੀ ਸੀ ਮਮੀ ਵੀ ਬੈਠ ਗਈ ਸਾਨੂੰ 11:30 ਵ ਸਾਰੇ ਬੰਦੇ ਨਿਕਲ ਗਏ ਜਦੋਂ ਫਿਲਮ ਖਤਮ ਹੋਈ ਨਹੀਂ ਨਾਰਮਲੀ ਹੋ ਕਿਉਂਕਿ 스트ੈਸ ਨੂੰ ਦੂਰ ਕਰਦੀ ਸੀ ਫਿਲਮ ਹਨਾ ਜੀ ਲੋਕੀ ਭੁੱਲ ਜਾਂਦੇ ਸੀ ਆਪਣੀਆਂ ਟੈਨਸ਼ਨਾਂ ਭੁੱਲ ਜਾਂਦੀ ਸੀ ਆਊਟ ਐਂਡ ਆਊਟ ਕਾਮੇਡੀ ਫਿਲਮ ਸੀਗੀ ਬਟ ਮੈਂ ਕਹਾਂਗਾ ਕਿ ਹਰ ਰੰਗ ਦੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਜੀ ਉਸ ਤੋਂ ਬਾਅਦ ਸਿੰਘ ਵਰਸਸ ਕੌਰ ਵੀ ਜਦੋਂ ਬਣਾਈ ਉਹ ਥੋੜੀ ਹਟਕੇ ਫਿਲਮ ਸੀਗੀ ਐਕਸ਼ਨ ਓਰੀਐਂਟਡ ਫਿਲਮ ਸੀਗੀ ਹੈ ਨਾ ਬਹੁਤ ਜ਼ਿਆਦਾ ਐਕਸ਼ਨ ਦੀ ਫਿਲਮ ਦੇ ਵਿੱਚ ਸੋ ਪਹਿਲੀ ਵਾਰੀ ਓਦਾਂ ਦੀ ਫਿਲਮ ਕੀਤੀ ਸੀ ਸੋ ਹੁਣ ਇੱਕ ਨਵੀਂ ਫਿਲਮ ਹੈ ਜੀ ਹਰ ਵੇਰੀ ਟਰਾਈ ਕਰਦੇ ਆ ਕਿ ਕੋਈ ਵਧੀਆ ਤੋਂ ਵਧੀਆ ਚੀਜ਼ ਲੈ ਕੇ ਆਈ ਹੈ ਜੀ ਬਿਲਕੁਲ ਔਰ ਇਸ ਮੂਵੀ ਨੇ ਤੁਹਾਨੂੰ ਦੋ ਵੱਡੇ ਸਟਾਰਸ ਨੂੰ ਮਿਲਵਾਇਆ ਹੈ ਜ਼ਰੀਨ ਅ ਜਿਵੇਂ ਮੈਨੇ ਪੁੱਛਿਆ ਥਾ ਕਿ ਆਪਕੋ ਕੈਸੇ ਲੱਗ ਰਹਾ ਹੈ ਇੱਕਦਮ ਸੇ ਆਪਣਾ ਆਪਕਾ ਚੇਂਜ ਹੋ ਗਿਆ ਫੀਲਡ ਚੇਂਜ ਹੋ ਗਿਆ ਜੀ ਤੋ ਸ਼ੂਟਿੰਗ ਕੇ ਦੌਰਾਨ ਕਿਸ ਤਰ੍ਹਾਂ ਕੇ ਚੈਲੰਜ ਆਪਕੋ ਲੱਗਤਾ ਹੈ ਜੀ ਕਿ ਆਪਕੋ ਫੇਸ ਕਰਨੇ ਪੜਤੇ ਹਨ ਜੀ वेल फील चेंज हो गया तो मैं नहीं कहूँगी एट दी एंड वी आर एक्टर्स और यहाँ पे भी हमने एक्टिंग ही की है तो इट्स जस्ट डिफरेंस ऑफ लैंग्वेज और uh, पंजाबी भाषा का ये प्लस uh, पॉइंट है कि वो काफ़ी हद तक हिंदी की तरह ही है अब तो, बोल लेते हो ਮੈਂ ਮੈਂ ਸਮਾਂջ ਲੈਂਦੀ ਹਾਂ ਬੋਲਣੇ ਮੇਂ ਥੋੜੀ ਸੀ ਦਿੱਕਤ ਹੈ ਮੇਬੀ ਆਫਟਰ ਆਈ ਡੂ ਅ ਕਪਲ ਆਫ ਫਿਲਮਸ ਥੈਨ ਮੇਰੀ ਪੰਜਾਬੀ ਪਾਲਿਸ਼ ਹੋ ਜਾਏਗੀ ਔਰ ਵੈਸੇ ਵੀ ਹੈ ਇਹ ਰੱਟਾ ਇਨਾ ਵਧੀਆ ਲਗਾ ਦਿੰਦੇ ਨੇ ਜੀ ਇਹਨਾਂ ਨੂੰ ਕੋਈ ਵੀ ਸੀਨ ਦਿੰਦੇ ਹੈਗੇ ਅਸੀਂ ਅਸੀਂ ਆਹ ਸੀਨ ਤੁਸੀਂ ਕਰ ਲਓ ਇਹ ਪੂਰਾ ਰੱਟ ਗਿਆ ਹੁੰਦਾ ਕਿ ਕੜਾਕ ਹਨਾ ਅਸੀਂ ਰੈਸਲ ਕਰਨੀ ਹੁਣ ਮੈਂ ਉਹਨਾਂ ਰਟਿਆ ਨਹੀਂ ਸੀ ਹੁੰਦਾ ਮੈਂ ਲਿਆ ਕੇ ਬੈਠਣਾ ਮੈਂ ਇੱਕ ਲਾਈਨ ਬੋਲਣੀ ਰਹੀ ਨਾ ਟਕੜਾ ਲਾ ਗਿਆ ਇਹ ਕੀ ਹੋ ਗਿਆ ਅਰੇ ਕਹਦੇ ਆ ਕਹਿੰਦੇ ਪੂਰਾ ਇਹ ਬਿਲਕੁਲ ਸਹੀ ਆ ਬਿਲਕੁਲ ਮੈਂ ਕਹਿੰਦਾ ਯਾਰ ਐ ਅੱਛਾ ਬਿਲਕੁਲ ਸਹੀ ਹੈ ਪੂਰੇ ਇਹਨਾਂ ਨੇ ਦਿਮਾਗ ਚ ਬਿਠਾ ਲੈਂਦੇ ਜਾਨੀ ਕਿ ਕਹਿੰਦਾ ਮਤਲਬ ਇਹ ਹੈ ਇਹਨਾਂ ਨੂੰ ਥੋੜਾ ਜਿਆਦਾ ਟਾਈਮ ਜਿਆਦਾ ਦੇਣਾ ਪੈਂਦਾ ਸੀ ਇੱਕ ਜਿਹੜਾ ਸੀਨ ਹੈ ਜੇ ਮੈਂ ਉਸ ਸੀਨ ਦੇ ਉੱਤੇ 30 ਮਿੰਟਸ ਕਨਸੈਂਟਰੇਟ ਕਰਦਾ ਸੀ ਦਾ ਇੱਕ ਘੰਟਾ ਕਰਦੇ ਸੀਗਾ ਹਨਾ 1 ਹਾਅਰ ਸੋ ਉਸ ਲਈ ਕਿਉਂਕਿ ਇਹਨਾਂ ਦੀ ਲੈਂਗੁਏਜ ਦਾ ਡਿਫਰੈਂਸ ਸੀਗਾ ਬਟ ਉਹ ਚੀਜ਼ ਮੈਨੇਜ ਹੋ ਜਾਂਦੀ ਸੀ ਕੋਈ ਇਨਾ ਪ੍ਰੋਬਲਮ ਨਹੀਂ ਇਹ ਯਾਦ ਕਰ ਲੈਂਦੇ ਸੀ ਨੈਕਸਟ ਡੇ ਦੂਸਰਾ ਸੀਨ ਆਉਂਦਾ ਸੀ ਤਾਂ ਪੁਰਾਣੇ ਵਾਲਾ ਭੁੱਲ ਜਾਂਦੇ ਸੀ ਹਨਾ ਕਿਉਂਕਿ ਉਹ ਤਾਂ ਹੋ ਗਿਆ ਹਨਾ ਹੁਣ ਤੁਸੀਂ ਇਹਨਾਂ ਨੂੰ ਕੋ ਇਹਨਾਂ ਨੇ ਕਹਿਣਾ ਮੈਨੂੰ ਲਾਈਨ ਨਹੀਂ ਯਾਦ ਹੈਗੀ ਕੋਈ ਹਨਾ ਕਿਉਂਕਿ ਰਟ ਕੇ ਕੀਤੀਆਂ ਸੀਗੀਆਂ ਹਨਾ ਬਟ ਫਿਲਮ 'ਚ ਜਦੋਂ ਤੁਸੀਂ ਦੇਖੋਗੇ ਇਹਨਾਂ ਦੀ ਲੁੱਕ ਜਾਂ ਜਿਸ ਤਰੀਕੇ ਅਸੀਂ ਇਹਨਾਂ ਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਲੱਗਦਾ ਕਿ ਡੈਫੀਨੇਟਲੀ ਲੁੱਕ ਕਿਉਂਕਿ ਜਿੰਨੇ ਤੁਸੀਂ ਪ੍ਰੋਮੋਸ ਦੇਖ ਲਓ ਜਾ ਗਾਣੇ ਦੇਖ ਲਓ ਸਾਰੇ ਥੱਲੇ ਜਿਹੜੇ ਕਮੈਂਟਸ ਨੇ ਹਨਾ ਉਹਦੇ ਚ ਮਤਲਬ ਬਹੁਤ ਜ਼ਿਆਦਾ ਕਮੈਂਟਸ ਨੇ ਹਨਾ ਵੀ ਉਹ ਕਹਿੰਦੇ ਆ ਕਿ ਯਾਰ ਟਿਪੀਕਲ ਪੰਜਾਬਣ ਲੱਗਦੀ ਹੈ ਕੁੜੀ ਹਨਾ ਸੋ ਬਹੁਤ ਸਾਨੂੰ ਮਿਲਿਆ ਉਸ ਕਿੱਦਾਂ ਤੁਹਾਡੇ ਮਾਈਂਡ ਚ ਕਿੱਦਾਂ ਆ ਜਦੋਂ ਫਿਲਮ ਬਣਾਉਣ ਦਾ ਡਿਸਾਈਡ ਕੀਤਾ ਤੇ ਫਿਰ ਮੇਨ ਆਰਟਿਸਟ ਲੱਭੇ ਜਾਂਦੇ ਨੇ ਐਕਟ੍ਰੈਸ ਲੱਭਣ ਲਈ ਜ਼ਰੀਨ ਖਾਨ ਦਾ ਕਿਸ ਤਰ੍ਹਾਂ ਕਿ ਐਕਚੁਅਲੀ ਮੈਂ ਆਪਣੇ ਡਾਇਰੈਕਟਰ ਤੇ ਪ੍ਰੋਡਿਊਸਰ ਨਾਲ ਜਦੋਂ ਸ਼ੂਟਿੰਗ ਕੀਤੀ ਸੀ ਕਿ ਹਨਾ ਅਸੀਂ ਉਦੋਂ ਸੋਚਦੇ ਸੀਗੇ ਕਿ ਕੋਈ ਕੁੜੀ ਸਾਨੂੰ ਇਦਾਂ ਦੀ ਚਾਹੀਦੀ ਆ ਜਿਹਦਾ ਨਾਮ ਹੋਵੇ ਹਨਾ ਜਿਹੜੀ ਥੋੜੀ ਇੰਡਸਟਰੀ ਦੇ ਵਿੱਚ ਅਸੀਂ ਲੈ ਕੇ ਜਾਈਏ ਤਾਂ ਲੋਕਾਂ ਨੂੰ ਲੱਗੇ ਕਿ ਹਾਂ ਯਾਰ ਜ਼ਰੀਨ ਜਿੱਦਾਂ ਹੁਣ ਇਹਦਾ ਸੀਗਾ ਕਿ ਯਾਰ ਕੋਈ ਕੁੜੀ ਆ ਰਹੀ ਹੈ ਕਿ ਯਾਰ ਪੰਜਾਬੀ ਦੇ ਵਿੱਚ ਪਹਿਲੀ ਫਿਲਮ ਹੈ ਉਸ ਦੀ ਹਨਾ ਡੈਫੀਨਿਟਲੀ ਉਸ ਦੀ ਹਿੰਦੀ ਸਿਨੇਮਾ 'ਚ ਬੜੀ ਅੱਛੇ ਮੂਵੀਜ਼ ਕੀਤੀਆਂ ਨੇ ਇੱਕ ਖਿੱਚ ਉਹ ਜਿਹੜੀ ਹੁੰਦੀ ਆ ਉਹ ਹੋਵੇ ਹਨਾ ਤੇ ਫਿਰ ਸਾਨੂੰ ਇਹ ਵੀ ਜ਼ਰੂਰੀ ਸੀਗਾ ਕਿ ਯਾਰ ਕੁੜੀ ਪੰਜਾਬਣ ਤਾਂ ਲੱਗਣੀ ਚਾਹੀਦੀ ਹੈ ਹਨਾ ਸੋ ਜੀ ਬਹੁਤ ਕੁੜੀਆਂ ਦੇ ਨਾਮ ਸੋਚੇ ਯਾਰ ਸਾਨੂੰ ਇਹ ਕੁੜੀ ਅਵੇਲ ਕਈ ਕੁੜੀਆਂ ਸਾਨੂੰ ਅਵੇਲੇਬਲ ਸੀਗੀਆਂ ਹਨਾ ਬਟ ਉਹਨਾਂ ਦੀ ਇੱਕ ਪ੍ਰੋਬਲਮ ਸੀ ਕਿ ਉਹ ਦੇਖਣ ਨੂੰ ਪੰਜਾਬਣ ਨਹੀਂ ਸੀ ਲੱਗਦੀਆਂ ਮੈਂ ਕਿਹਾ ਯਾਰ ਉਹ ਤਾਂ ਫਾਇਦਾ ਹੀ ਨਹੀਂ ਹੋਣਾ ਕੋਈ ਹਨਾ ਲੋਕਾਂ ਨੇ ਕਿਹਾ ਯਾਰ ਇਹ ਕੁੜੀ ਦੇਖਣ ਨੂੰ ਇਹ ਪੰਜਾਬਣ ਨਹੀਂ ਲੱਗਦੀ ਹੈਗੀ ਹਨਾ ਸੋ ਫਿਰ ਅਸੀਂ ਜਦੋਂ ਇੱਕ ਵਾਰੀ ਡਿਸਾਈਡ ਕੀਤਾ ਇਹਨਾਂ ਦਾ ਨਾਮ ਅਸੀਂ ਇੰਨਾ ਫਸ ਗਏ ਉਸ ਨਾਮ ਦੇ ਉੱਤੇ ਸਟਕ ਹੋ ਗਏ ਹਨਾ ਮਤਲਬ ਸੌਰੀ ਕਰਨ ਲੱਗੇ ਕਿ ਹਾਂ ਯਾਰ ਇਹ ਸਹੀ ਹੈ ਇਹ ਸਹੀ ਹੈ ਇਹ ਸਹੀ ਹੈ ਫਿਰ ਸਾਨੂੰ ਇਹ ਟੈਨਸ਼ਨ ਹੋ ਗਈ ਕਿ ਇਹ ਇਹਨੇ ਨੋ ਕਰਤੀ ਅਸੀਂ ਅੱਗੇ ਵੜ ਕੇ ਕਹ ਰਹਾ ਯਾਰ ਤੇ ਅਸੀਂ ਭੜਿਆ ਰੋਹਿਤ ਨੂੰ ਭੇਜਿਆ ਸਾਡੇ ਡਾਇਰੈਕਟਰ ਉਹਨਾਂ ਨੇ ਬੜਾ ਕਨਵਿੰਸ ਕਰਕੇ ਇਹਨਾਂ ਨੂੰ ਸਟੋਰੀ ਸਟੋਰੀਜ਼ ਸੁناਈ ਕਿ ਐਸੀ ਆ ਇਹ ਹੋਏਗਾ ਉਹ ਹੋਏਗਾ ਵਲਾ 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 ਫਿਰ ਪੂਰਾ ਸੁਣਾਇਆ ਤਾਂ ਡੈਫੀਨਿਟਲੀ ਕਿਉਂਕਿ ਫਿਲਮ ਜਿਹੜੀ ਆ ਉਹ ਬੇਸਡ ਆਨ ਸ਼ਿੰਦਾ ਤੇ ਲਾਲੀ ਦੋ ਜਣਿਆਂ ਦੇ ਕਿਰਦਾਰ ਹਨਾ ਮੈਂ ਮੈਂ ਸ਼ਿੰਦਾ ਜਿੰਝ ਮੋਡ ਨੇ ਹਾਂਜੀ ਮੈਂ ਚੰਦਾ ਜੇਮਸ ਬੌਂਡ ਬਣਿਆ ਜੀ ਤੇ ਇਹ ਲਾਲੀ ਬਣੀ ਹੈ ਹਨਾ ਸੋ ਇਹਨਾਂ ਦੀ ਲਵ ਸਟੋਰੀ ਦੀ ਫਿਲਮ ਹੈ ਸੋ ਡੈਫੀਨੇਟਲੀ ਨੋ ਕਰਨ ਵਾਲੀ ਕੋਈ ਗੱਲ ਸਾਨੂੰ ਲੱਗਦੀ ਨਹੀਂ ਸੀ ਕਿਉਂਕਿ ਸਾਨੂੰ ਇਹ ਸੀ ਕਿ ਜਿਹੜੇ ਬੰਦੇ ਨੂੰ ਸਕ੍ਰਿਪਟ ਦੀ ਸੈਂਸ ਆਉ ਉਹ ਕਦੇ ਨਹੀਂ ਅਦਾ ਕਹੂਗਾ ਕਿਉਂਕਿ ਫਿਲਮ ਦਾ ਜਿਹੜਾ ਮੇਨ ਬੰਬੂ ਹੈ ਉਹ ਲਾਲੀ ਹੈ ਹਨਾ ਇਹਦੇ ਕਰਕੇ ਸਾਰਾ ਕਲੇਸ਼ ਕਹਾਣਾ ਸ਼ੁਰੂ ਹੋ ਗਿਆ ਜੋ ਮੈਂ ਕਿਹਾ ਵੀ ਕਰੂਗਾ ਇਹ ਤਾਂ ਤੁਹਾਡਾ ਰਿਐਕਸ਼ਨ ਸੀ ਜਰੀ ਨਾਮ ਬਤਾਈਏ ਜਦ ਆਪ ਕੋਈ ਆਫਰ ਕੀ ਗਈ ਔਰ ਫਿਲਮ ਬਤਾਈ ਗਈ ਕਿਉਂਕਿ ਨਾਰਮਲੀ ਕੀ ਹੁੰਦਾ ਹੈ ਇਸ ਲਾਈਨ ਮੇ ਹਰ ਚੀਜ਼ ਬੜਾ ਚੜਾ ਕਰ ਮੋਲੀ ਜਾਂਦੀ ਹੈ ਹਨਾ तो जब आपको ये ऑफर किया गया बताया yeah. गया कि पंजाबी फिल्म इंडस्ट्री से आपको ऑफर है जबकि आप इतने बड़े समंदर में काम yeah, कर रही थी हिंदी yeah, सिनेमा uh, yeah. yeah. में तो आपका फर्स्ट रिएक्शन क्या था ऑनेस्टली uh, जब मुझे नरेशन uh, दी गई स्क्रिप्ट की मुझे सुनते वक्त ही बहुत मज़ा आ रहा था यू नो आई एक्चुअली विजुलाइज थिंग्स एंड इमेजिन थिंग्स और मुझे सुनते वक्त ही आई वॉज लाफिंग और मुझे बहुत मज़ा आ रहा था तो स्क्रिप्ट मुझे बहुत अच्छी लगी देन आई गॉट टू नो दैट इस ऑपोजिट हिम एंड ही इज़

ਕੈਰੀਨ ਜੱਟਾਂ ਵਿੱਚ ਬੇਤਹਾਸ਼ਾ ਹਾਸਾ ਸੀ ਜੀ ਮਤਲਬ ਅੱਧਾ ਵੀ ਸੈਕਿੰਡ ਨਹੀਂ ਸੀ ਲੱਭਦਾ ਕਿ ਬੰਦਾ ਨਾਰਮਲ ਹੋ ਸਕੇ ਬੰਦਾ ਅੱਧੀ ਬੈਠ ਕੇ ਦੇਖ ਰਿਹਾ ਸੀ ਫਿਲਮ ਕਿ ਹੁਣ ਤਾਂ ਮਤਲਬ ਮਿਲ ਜਾਏ ਥੋੜੀ ਜੀ ਰਿਲੀਫ ਹਾਸੇ ਤੋਂ ਫੇ ਤੁਹਾਡੀ ਜਿਹੜੀ ਸਿੰਘ ਵਰਸਸ ਕੌਚ ਐਕਸ਼ਨ ਭਰਪੂਰ ਸੀ ਔਰ ਰੋਮਾਂਸ ਸੀ ਔਰ ਬੜੀ ਖੂਬਸੂਰਤ ਸੀ ਮੂਵੀ ਜੀ ਇਹਦੇ ਵਿੱਚ ਕੀ ਖਾਸੀਅਤ ਹੈ ਲੋਕੀ ਇਸ ਮੂਵੀ ਨੂੰ ਦੇਖਣ ਕਿਉਂ ਜਾਣ ਹਾਂਜੀ ਬਿਲਕੁਲ ਜੀ ਆ ਇਹ ਫਿਲਮ ਜੀ ਮੈਂ ਕਹਣਾ ਕਿ ਇੱਕ ਆਮ ਜਿਹੜੇ ਪਿੰਡੂ ਮੁੰਡੇ ਨੇ ਆ ਪਿੰਡੂ ਕੋਈ ਵੀ ਨਾਟ ਓਨਲੀ ਮੁੰਡੇ ਸਿਰਫ ਪਿੰਡੂ ਨਹੀਂ ਸ਼ੈਰੀ ਵਿਚਾਰੇ ਸ਼ੈਰੀ ਵੀ ਜੀ ਸ਼ੈਰੀ ਦੇਖੋ ਫਿਲਮ ਆ ਪੂਰੀ ਵਧੀਆ ਫਿਲਮ ਹੈ ਜੀ ਮੈਂ ਵੈਸੇ ਕਹਿਣ ਲੱਗਾ ਸੀ ਕਿ ਜਿਹੜੇ ਪਿੰਡਾਂ ਵਾਲੇ ਬੰਦੇ ਨੇ ਉਹਨਾਂ ਦੀ ਤਾਂ ਜ਼ਿੰਦਗੀ ਨੂੰ ਰਿਲੇਟ ਬਹੁਤ ਕਰਦੀ ਹੈ ਫਿਲਮ ਹਨਾ ਕਿਉਂਕਿ ਜੀ ਅਸੀਂ ਅਕਸਰ ਤੌਰ ਦੇ ਉੱਤੇ ਅਖਬਾਰਾਂ 'ਚ ਪੜ੍ਹਦੇ ਆ ਦੂਜੇ ਚੌਥੇ ਦਿਨ ਮਗਰੋਂ ਇਹ ਨਿਊਜ਼ ਹੁੰਦੀ ਆ ਫਲਾਣੇ ਜੱਟ ਨੇ ਖੁਦਗੁਸ਼ੀ ਕਰ ਲਈ ਹਣਾ ਉਹ ਕੁਦਗੁਜੀ ਕਿਉਂ ਕਰ ਲਈ ਦੇਖੋ ਕਿਸੇ ਨੂੰ ਮਰਨ ਦਾ ਕਿਸੇ ਨੂੰ ਚਾਹ ਤਾਂ ਹੈ ਨਹੀਂ ਹਣਾ ਕਿਉਂ ਜਾ ਕੇ ਮਰ ਜਾਂਦੇ ਨੇ ਉਹ ਪਿੱਛੇ ਕਾਰਨ ਕੀ ਆ ਵਜ੍ਹਾ ਕੀ ਆ ਫਲਾਣਿਆਂ ਦੇ ਮੁੰਡੇ ਡਰਗ ਲੈਣ ਲੱਗੇ ਹਣਾ ਨਸ਼ਿਆਂ 'ਚ ਪੈ ਗਏ ਮੁੰਡੇ ਆਪਾਂ ਯੂਥ ਨੂੰ ਕਹੀ ਜਾਂਦੇ ਆ ਯਾਰ ਡਰਗ ਨਾ ਲਓ ਡਰਗ ਨਾ ਲਓ ਜਿਹੜਾ ਬੰਦਾ ਡਰਗ ਲੈਂਦਾ ਪਤਾ ਨਹੀਂ ਕਿਹੜੇ ਹਾਲਾਤਾਂ 'ਚੋਂ ਆਉਂਦਾ ਉਹਨਾਂ ਕੋਲ ਕੋਈ ਆਪਸ਼ਨਾਂ ਨਹੀਂ ਹੁੰਦੀ ਨਸ਼ਾ ਲਾਗੇ ਸੁੱਨੋਗੇ ਪੈ ਜਾਂਦੇ ਨੇ ਉਹ ਹਣਾ ਉਹ ਅਸੀਂ ਦਿਖਾਇਆ ਕਿ ਬੇਸਿਕਲੀ ਵਜ੍ਹਾ ਕੀ ਹੁੰਦੀ ਆ ਇਹ ਹਣਾ ਵੀ ਇਹ ਚ ਸਾਰੀਆਂ ਚੀਜ਼ਾਂ ਕਰਨ ਦੀ ਸੋ ਉਸੇ ਤਰ੍ਹਾਂ ਦੇ ਤਿੰਨ ਬੰਦੇ ਨੇ ਜਿਹੜੇ ਮਜਬੂਰੀ ਦੇ ਮਾਰੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਛਿੰਦਾ ਹੈ ਜਿਹੜਾ 25-28 ਸਾਲ ਦੀ ਉਮਰ ਦਾ ਹੈ ਇੱਕ ਗੁਰਪ੍ਰੀਤ ਖੁੱਗੀ ਹੈ ਜਿਹੜਾ 35-36 ਸਾਲ ਦੀ ਹੈ ਜਿਹਦਾ ਲਿਖਾਇਆ ਹੋਇਆ ਇੱਕ ਯਸ਼ਪਾਲ ਸ਼ਰਮਾ ਜਿਹੜਾ ਆਲਮੋਸਟ 50 ਸਾਲਾਂ ਦਾ ਲਿਖਾਇਆ ਹੋਇਆ ਆਡਾ ਡਰ ਰੰਗ ਨੇ ਤਿੰਨ ਬੰਦੇ ਆ ਹਨਾ ਲਗ ਲਾ ਸਟੇਜਿਸ ਨਹੀਂ ਇਹ ਲਗ ਲਾ ਸਟੇਜਿਸ ਨਹੀਂ ਹਨਾ ਇਹ ਤਿੰਨੇ ਬੰਦੇ ਇੱਕ ਦੂਜੇ ਨੂੰ ਜਾਣਦੇ ਨੇ ਇੱਕ ਪਿੰਡ ਦੇ ਬੰਦੇ ਨੇ ਸੋ ਤਿੰਨੇ ਹੀ ਜਾਣੇ ਕਿਸੇ ਨਾ ਕਿਸੇ ਪ੍ਰੋਬਲਮ ਦੇ ਮਾਰੇ ਹੋਏ ਨੇ ਕੋਈ ਕਿਸੇ ਕਰਕੇ ਕੋਈ ਕਿਸੇ ਕਰਕੇ ਸੋ ਉਹ ਜਿਹੜੇ ਹਾਲਾਤ ਮੈਂ ਦੱਸਦਾ ਵੀ ਇਹ ਕਿਹੜੇ ਹਾਲਾਤ ਹੁੰਦੇ ਨੇ ਜਿਨ੍ਹਾਂ ਚੋਂ ਮਰਨ ਦੇ ਕੰਡੀਸ਼ਨ ਤੇ ਆ ਜਾਂਦੀ ਆ ਇਹ ਵੀ ਉਹ ਕੰਡੀਸ਼ਨ ਚ ਆ ਜਾਂਦੇ ਨੇ ਤੇ ਇਹਨਾਂ ਕੋਲੇ ਕੋਈ ਆਪਸ਼ਨ ਨਹੀਂ ਬਚਦੀ ਤੇ ਇਹ ਇੱਕ ਗਲਤ ਰਾਹ ਤੇ ਪੈ ਜਾਂਦੇ ਨੇ ਇੱਕ ਚੋਰੀ ਕਰਦੇ ਨੇ ਸੋ ਜਿੱਥੋਂ ਫਿਲਮ ਸਟਾਰਟ ਹੁੰਦੀ ਹੈ ਇਹ ਇੱਕ ਨਵੇਂ ਮੋੜ ਤੇ ਚਲੇ ਜਾਂਦੀ ਆ ਫਿਲਮ ਅੱਗੇ ਫਿਲਮ ਹੈ ਕਿ ਆ ਥ੍ਰਿਲਰ ਜ਼ੋਨ ਦੀ ਕਿਉਂਕਿ ਇੱਥੇ ਥ੍ਰਿਲਰ ਫਿਲਮਾਂ ਕਦੇ ਆਈਆਂ ਨਹੀਂ ਗਈਆਂ ਹਨਾ ਜਿਵੇਂ ਹਿੰਦੀ ਚ ਕੋਈ ਸਪੈਸ਼ਲ ਟੈਕਨੀਕਸ ਯੂਜ਼ ਕੀਤੀਆਂ ਬਹੁਤ ਕੀਤੀ ਹੈ ਜੀ ਬਹੁਤ ਕੀਤੀਆਂ ਵਨ ਆਫ ਦਾ ਬੈਸਟ ਟੈਕਨੀਸ਼ੀਅਨਸ ਨਾਲ ਅਸੀਂ ਫਿਲਮ ਬਣਾਈ ਆ ਜੀ ਮਤਲਬ ਆਪਣੀ ਪਹੁੰਚ ਤੋਂ ਬਾਹਰ ਜਾ ਕੇ ਫਿਲਮ ਬਣਾਈ ਆ ਮੇਰੀ ਹੁਣ ਤੱਕ ਦੀ ਵੱਡੇ ਬਜਟ ਦੀ ਫਿਲਮ ਹੈ ਪੰਜਾਬ ਚ ਇੰਡੀਆਂ ਮਹਿੰਗੀਆਂ ਫਿਲਮਾਂ ਨਹੀਂ ਬਣਦੀਆਂ ਕਿਉਂਕਿ ਛੋਟੀਆਂ ਛੋਟੀਆਂ ਚੀਜ਼ ਵਿੱਚ ਆਪਾਂ ਕਿਉਂਕਿ ਉਨੀ ਗ੍ਰੋਸ ਨਹੀਂ ਹੁੰਦੀ ਹੈਗੀ ਬਜਟ ਦੇ ਹਿਸਾਬ ਨਾਲ ਸਾਨੂੰ ਬਣਾਉਣੀ ਪੈਂਦੀ ਆ ਬਟ ਅਸੀਂ ਖੁੱਲ ਕੇ ਇਸ ਫਿਲਮ ਨੂੰ ਸ਼ੂਟ ਕੀਤਾ ਵਾ ਹਾਈ ਟੈਕਨੋਲੋਜੀ ਨਾਲ ਕੀਤਾ ਵਾ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਫਿਲਮ ਦੇਖੋਗੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਇਸ ਚੀਜ਼ ਦਾ ਵੀ ਪ੍ਰਾਊਡ ਫੀਲ ਹੋਊਗਾ ਕਿ ਯਾਰ ਦੇਖੋ ਸਾਡੀਆਂ ਫਿਲਮਾਂ ਐਡੀਆਂ ਵਧੀਆ ਬਣਨ ਲੱਗੀਆਂ। ਮਤਲਬ ਫਿਲਮ ਪ੍ਰੋਡਕਸ਼ਨ ਦੇ ਵਿੱਚ ਵੀ ਇੱਕ ਕਦਮ ਅੱਗੇ ਵਾਲਾ ਤੁਸੀਂ ਜਿਹੜਾ ਐਕਸਪੀਰੀਮੈਂਟ ਕੀਤਾ ਇੱਕ ਕੰਮ ਕੀਤਾ। ਬਿਲਕੁਲ ਕੀਤਾ ਜੀ। ਜ਼ਰੀਨ ਜੋ ਆਪਕਾ ਕੈਰੈਕਟਰ ਹੈ ਇਹ ਲਾਲੀਕਾ ਇਸਕੇ ਅਲੱਗ-ਅਲੱਗ ਸ਼ੇਡਸ ਦਿਖਾਏ ਗਏ ਹਨ। ਆਹ ਆਫਕੋਰਸ ਆਈ ਮੀਨ ਉਸਕੋ ਮਸਤੀ ਕਰਤੇ ਹੋਏ ਦਿਖਾਇਆ ਗਿਆ ਹੈ, ਖੁਸ਼ ਦਿਖਾਇਆ ਗਿਆ ਹੈ, ਪਿਆਰ ਵਿੱਚ ਦਿਖਾਇਆ ਗਿਆ ਹੈ, ਦੁੱਖ ਵਿੱਚ ਦਿਖਾਇਆ ਗਿਆ ਹੈ। ਸੋ देयर ਆ ਡਿਫਰੈਂਟ ਲਾਲੀਕਾ ਕੈਰੈਕਟਰ ਕਰਤੇ ਹੋਏ कहीं पे कोई पॉइंट ऐसा आया कि आपको लगा कि ये अभी थोड़ा से मैं मुश्किल में पड़ गई हूँ ये मैं कर पाऊँगी या नहीं कर पाऊँगी या यू नीड हेल्प फ्रॉम समवन एल्स के मैं इस करेक्टर का ये वाला पोर्शन करें आई वुड से दैट जब हम जो रोमांस दिखा रहे थे दैट काइंड ऑफ रोमांस आई मीन नाव डेज यू डोंट रियली सी दैट इट्स अ वेरी क्यूट लव स्टोरी एंड आई वुड लव मै बहुत ही खुश नसीब होंगी अगर मुझे उस तरीके का रोमांस अपनी रियल लाइफ में मिल जाए तो बस वो थोड़ा सा जब वो कर रहे थे तभी मैं अटक जाती थी गिफ्टी के साथ काम करके कैसा लगा आपको? बहुत अच्छा लगा ही इज़ वो बहुत अच्छे एक्टर हैं और उससे भी अच्छा उससे भी ज़्यादा अच्छे इंसान हैं uh, इतने बड़े uh, सुपरस्टार होने के बावजूद भी यू नो ही सो डाउन टू अर्थ ही लॉस्ट हिज स्कूल अपने यू you नो know, कभी भी मुझसे तंग नहीं हुए मैंने जितनी बार भी अपनी लाइंस भूल गई हो या यू you नो know, उनको दस बार पूछा हो कि ये कैसे बोलते हैं तो ही वाज ऑलवेज देयर टू हेल्प सो ही वाज ग्रेट सपोर्ट कोई ऐसी बात कि की की जो आपको थोड़ी बहुत लगी कि अच्छी जिस... नहीं है अच्छी नहीं है नो नथिंग नथिंग नहीं नहीं <laughs> क्या बात है <laughs> <तुसे perfectum? laughs> और जब भी किसी की मूवी आती है फर्स्ट मूवी हो आपकी ये डेब्यू मूवी है इन पंजाबी फिल्म इंडस्ट्री और आगे जैसे आपने पहले ही बताया कि फ्यूचर में भी सोचते हो कि अगर ऐसी आपको ऑफर्स मिलते हैं यू विल एक्सेप्ट आप पहले मैं आपसे पूछूंगी आप क्या कहना चाहोगे दर्शकों को अपने व्यूवर्स को पंजाबी जी, जी, और एक लाइन उसमें मुझे पंजाबी की जरूरत चाहिए Oh God. <laughs> 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 कोई एक लाइन <लाएं। laughs> कोई एक लाइन मैं गलत बोलने से अच्छा नहीं बोलू ना आई मीन व्हाट डू आई से आई डोंट नो व्हाट डू आई से फिल्म देख के आए हो अच्छा ओके अपने दर्शकों को, को आपने बोलना है कि ये फिल्म देखने क्यों जाएं Uh, ये फिल्म फर्स्ट ऑफ ऑल तो गिप्पी ने आपको काफ़ी सारे अच्छे रीजंस दे दिए हैं फिल्म देखने के लिए बट मैं ये uh, रीज़न देना चाहूँगी कि ये मेरी फ़र्स्ट फिल्म है और मुझे बहुत मज़ा आया ये फिल्म शूट करते वक्त सो आई होप कि आप जब थिएटर्स जाएँ अनप्लीज़ जाके फिल्म देखना आपको बहुत ज़्यादा मज़ा आएगा ये फिल्म uh, देखते वक्त uh, मेरी फ़र्स्ट फिल्म है मैं चाहती हूँ कि आप लोग सब ये फिल्म देखिए और मुझे बहुत सारा प्यार दें एंड पंजाबी uh, रिक्वेस्ट करो फिल्म देख के आए ਫਿਲਮ ਦੇਖ ਕੇ ਆਇਓ ਤੇ ਤੁਸੀਂ ਵੀ ਕੁਝ ਕਹੋ ਇਹਨਾਂ ਨੂੰ ਆ ਬਿਲਕੁਲ ਜੀ ਮੈਂ ਇਹੀ ਕਹਿਣਾ ਜੀ ਇਹ ਪੂਰੀ ਟੀਮ ਨੇ ਬੜੀ ਐਫਰਟ ਕੀਤੀ ਹੈ ਜੀ ਸੋ ਤੁਹਾਡੀਆਂ ਈਮੇਲਸ ਫੇਸਬੁਕ ਟਵਿੱਟਰ ਜਿੱਥੇ ਵੀ ਤੁਸੀਂ ਮੈਸੇਜ ਭੇਜਦੇ ਤੁਸੀਂ ਕਹਿੰਦੇ ਸੀ ਬਾਈ ਹੁਣ ਕੋਈ ਨਵੇਂ ਤਰੀਕੇ ਦੀ ਫਿਲਮ ਬਣਾਓ ਸੋ ਵੈਸੇ ਸਾਨੂੰ ਪ੍ਰੋਮੋ ਪ੍ਰੋਮੋ ਤੋਂ ਜਦੋਂ ਤੁਸੀਂ ਥੱਲੇ ਕਮੈਂਟ ਲਿਖਦੇ ਹੋ ਜਾਂ ਫੇਸਬੁਕਾਂ ਦੇ ਕਮੈਂਟ ਲਿਖਦੇ ਹੋ ਉਹਦੇ ਤੋਂ ਫੀਲ ਹੋ ਰਿਹਾ ਕਿ ਤੁਹਾਨੂੰ ਠੀਕ ਲੱਗ ਰਿਹਾ ਤਾਂ ਜਾਂ ਬਟ ਫਿਰ ਵੀ 25 ਤਰੀਕ ਨੂੰ ਰਿਲੀਜ਼ ਹੋ ਰਹੀ 25 ਤਰੀਕ ਨੂੰ ਵਰਲਡਵਾਈਡ ਰਿਲੀਜ਼ ਆ 25 April ਤੁਸੀਂ ਸਾਰੇ ਜਣਿਆਂ ਨੇ ਜਾਣਾ ਪਰਿਵਾਰ ਨੂੰ ਜ਼ਰੂਰ ਲੈ ਕੇ ਜਾਇਓ ਜੀ ਫੈਮਿਲੀ ਨੂੰ ਦਿਖਾਉਣ ਵਾਲੀ ਫਿਲਮਾਂ ਖਾਸ ਕਰਕੇ ਜਿਹੜੇ ਓਵਰਸੀਜ਼ 'ਚ ਬੈਠੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਵਾਲੇ ਤੇ ਮੈਨੂੰ ਲੱਗਦਾ ਕਿ ਪਿੰਡ ਯਾਦ ਆ ਜਾਣਗੇ ਉਹਨਾਂ ਨੂੰ ਉਹਨਾਂ ਦੀਆਂ ਗਲੀਆਂ ਉੱਥੇ ਜਿੱਥੇ ਤੁਸੀਂ ਖੇਡ ਕੇ ਵੱਡੇ ਜੰਮੇ ਪੜੇ ਹੋ ਉੱਥੇ ਫਿਲਮ ਬਣਾਈ ਹੈ ਇੱਕ ਰੂਟਡ ਆਪਣੇ ਪਿੰਡਾਂ ਵਾਲੀ ਫਿਲਮਾਂ ਯਾਰ ਜ਼ਰੂਰ ਦੇਖਿਓ ਕਿਸੇ ਵੀ ਫਿਲਮ ਦੀ ਕਾਮਯਾਬੀ ਜਿਹੜੀ ਆ ਉਹ ਇੱਕ ਮਜ਼ਬੂਤ ਔਰ ਬਹੁਤ ਹੀ ਸਮਰਪਿਤ ਟੀਮ ਤੇ ਅਧਾਰਿਤ ਹੁੰਦੀ ਹੈ ਤੇ ਜੇ ਅਸੀਂ ਗੱਲ ਕਰੀਏ ਜਟ ਜੇਮਸ ਬੌਂਡ ਮੂਵੀ ਦੇ ਬਾਰੇ ਸਟਾਰ ਕਾਸਟ ਬੇਸ਼ੱਕ ਬਹੁਤ ਖੂਬਸੂਰਤ ਹੈ ਔਰ ਬਹੁਤ ਹੀ ਵੱਡੇ ਕਲਾਕਾਰ ਨੇ ਪਰ ਇਹਨਾਂ ਕਲਾਕਾਰਾਂ ਦੇ ਅੰਦਰ ਕਲਾ ਨੂੰ ਬਾਹਰ ਕੱਢਣਾ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਡਾਇਰੈਕਟਰ ਦੇ ਹਿੱਸੇ ਆਂਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਸਾਡੇ ਕੋਲ ਅੱਜ ਇਸ ਸਟੂਡੀਓ ਦੇ ਵਿੱਚ ਫਿਲਮ ਜਟ ਜੇਮਸ ਬੌਂਡ ਦੇ ਜਿਹੜੇ ਡਾਇਰੈਕਟਰ ਨੇ ਰੋਹਿਤ ਜੁਗਰਾਜ ਉਹ ਵੀ ਹਾਜ਼ਰ ਨੇ ਅਸੀਂ ਉਹਨਾਂ ਦੇ ਵਿਚਾਰ ਜਾਂਦੇ ਹਾਂ ਰੋਹਿ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਟੂਡੀਓ ਸਵਾਗਤ ਹੈ ਤੁਹਾਡਾ ਔਰ ਸਸਿਕਾ ਜੀ ਅਸੀਂ ਗੱਲ ਕਰ ਰਹੀ ਸੀ ਗਿੱਪੀ ਜੀ ਨਾਲ ਫਿਲਮ ਦੇ ਬਾਰੇ ਕਿ ਫਿਲਮ ਦੀ ਜਿਹੜੀ ਸਟੋਰੀ ਹੈ ਫਿਲਮ ਦੀ ਜਿਹੜੀ ਬਣਾਉਣ ਦੀ ਟੈਕਨੀਕ ਹੈ ਉਹ ਬੜੀ ਐਡਵਾਂਸ ਯੂਜ਼ ਕੀਤੀ ਗਈ ਹੈ ਐਜ਼ ਅ ਡਾਇਰੈਕਟਰ ਤੁਸੀਂ ਇਸ ਮੂਵੀ ਦੀ ਸਟੋਰੀ ਨੂੰ ਕਿਸ ਤਰ੍ਹਾਂ ਲੈਂਦੇ ਹੋ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਸਟੋਰੀ ਔਰ ਤੁਹਾਨੂੰ ਇੰਟਰਸਟ ਕਿਉਂ ਜਾਗਿਆ ਇਸ ਮੂਵੀ ਨੂੰ ਐਜ਼ ਅ ਡਾਇਰੈਕਟਰ ਅਕਸੈਪਟ ਕਰਨ ਦਾ ਜੇ ਜਦ ਸਟੋਰੀ ਜਦੋਂ ਮੈਨੂੰ ਸੁਣਾਈ ਗਈ ਤਾਂ ਮੈਂ ਹਰਿਆਣਾ ਤੋਂ Hmm. तो पंजाब से काफ़ी रिलेट करता हूँ हरियाणा जमुना नगर जगाधरी एक ये एक हरियाणा पंजाब पैनपाई है पैनपाई है बिल्कुल <laughs> एंड uh, तो uh, एक कहानी जो है जब uh, गिप्पी जी लेके आए और गिप्पी जी और uh, इनके राइटर्स तो बहुत खूबी से सुनाई गई uh, उसमें बहुत रूटेड ज़मीन से जुड़ी हुई एक कहानी थी और uh, मैं बॉम्बे में संजय बंसाली जी राम गोपाल वर्मा जी उन सब के साथ काम करते हुए ऐसी कहानियाँ सुनी नहीं थी काफ़ी टाइम से हाँ काफ़ी टाइम से इसमें आपको एक टच मिलेगा जड़ी तो विशाल भारद्वाज या अनुराग कश्यप ऐसी फिल्में देखी हैं वो लोग बिहार यूपी की कहानियाँ कहते हैं पहली बार ये मेरी नज़र में एक कहानी आई थी जो हमारी ज़मीन से जुड़ी हुई थी जहाँ से हम हैं और पंजाबी लिटरेचर हमेशा से बहुत रिच रहा है मैं शिव कुमार बटालवी जी कुशवंत सिंह साहब द लेट कुशवंत सिंह इज़ अ ग्रेट राइटर उनका बहुत बड़ा फ़ैन रहा हूँ और तो इस कहानी में जो किरदार थे वो उनसे बहुत लगाव हो गया जड़े तीनों किरदार किरदारेंगे छिंदा यानी कि गिप्पी जी का जो किरदार है जो स्कूल बस ड्राइवर है एक सीरी लग गया हुआ है कुगी जी का कैरेक्टर बहुत टचिंग कैरेक्टर किरदार है वो बिंदर नाम है उनका एंड तीसरे हैं पंथ मिस्त्री जो कि मिस्त्री है एक ऑब्वियसली और वो यशपाल शर्मा जी ने भा रहे हैं वो किरदार तो जो तीनों तीनों के बहुत एक सिंपलिसिटी जिसको कहते हैं मासूमियत थी तीनों की जिंदगी में अपनी अपनी ज़िंदगी जी रहे हैं और फिर जिस तरीके से उनके ऊपर परेशानियां आती हैं एक बार उसको टैकल करते हैं जिसको कहते हैं कि पीठ दीवार से लग जाती है जब hmm. तब जो गिप्पी का किरदार है वो तब अपना माइंड सेट असली, रूप में, असली रूप में आता है hmm. तब एक सीधा साधा जट जेम्स बॉन्ड बनता है

ਜ਼ਰੂਰ ਦੇਖਣ ਜਾਇਓ ਸੇਮ ਟੂ ਸੇਮ ਡਿਟੋ ਆਪ ਵੀ ਬੋਲਦੇ ਕਰੋ ਕੁਛ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ